ਇਸ ਦੁਕਾਨਦਾਰ ਨੂੰ ਮੋਚੀ ਦਰਵਾਜ਼ੇ ਵਾਲੇ ਨੇ ਤੇ ਵਾਰਾ ਖਾ ਗਿਆ, ਇਹਨੇ ਵੇਚਤਾ ਦੁਕਾਨਦਾਰ ਨੂੰ, ਅੱਗੋਂ ਦੁਕਾਨਦਾਰ ਨੂੰ ਵੀ ਵਾਰਾ ਖਾ ਗਿਆ। ਜਿਹਨੇ ਹੁਣ ਅੱਗੋਂ ਜਾ ਕੇ ਸੌਦਾ ਪਾ ਕੇ ਦੇਣਾ ਹੈ ਉਹ ਤਾਂ ਅੱਗੇ ਮੁਫ਼ਤ ਦੇ ਰਿਹਾ ਸੀ, ਉਹ ਅਗਰ ਇਹਦਾ ਕਹੇਗਾ 10 ਰੁਪਏ ਦਿਓ ਤਾਂ ਮਹਿੰਗਾਈ ਤਾਂ ਫਿਰ ਵੱਧ ਗਈ, ਮਹਿੰਗਾਈ ਤਾਂ ਘਟਾਉਣੀ ਹੈ ਸਬਜ਼ੀ ਲੈਣ ਵਾਲੇ ਤੋਂ 10 ਰੁਪਏ ਨਹੀਂ ਵਾਲੇ ਨੂੰ। ਹਾਂ, ਸਬਜ਼ੀ ਵਾਲੇ ਨੂੰ ਹੁਣ ਇਹਦੀ ਐਵਰੇਜ ਕੱਢੋ, ਤੋਲ ਕੇ ਕਮ ਤੋਂ ਕਮ ਇਹ ਜਿਹੜਾ 7-8 ਰੁਪਏ ਦਾ ਪੈਣਾ, ਅਤੇ ਦੁਕਾਨਦਾਰ ਇਹ ਨਹੀਂ ਤਾਂ ਠੀਕ ਚੱਲ ਸਕਦਾ। ਕੋਈ ਖੁਦਾ ਦਾ ਖੌਫ ਕਰਨਾ ਚਾਹੀਦਾ ਕੋਈ ਤਾਂ, ਕੋਈ ਬੜੀ ਬੇਕਰੀ ਕੋਈ ਬੜਾ ਸਟੋਰ ਤੋਂ ਹੈ ਨਹੀਂ ਜੋ ਬਿੱਲ ਮੈਂ ਐਡ ਕਰਾਂ। ਹਾਂ ਯਾਰ, ਇਹੀ ਹੋਣਾ ਫਿਰ ਦੁਕਾਨਦਾਰ ਜਿਹਨਾਂ ਨਾਲ ਕਹੇ ਯਾਰ 20 ਰੁਪਏ ਮੈਨੂੰ ਸ਼ਾਪਰ ਦੇ ਜਿਸ ਤਰ੍ਹਾਂ ਆਮ ਬੈਕ ਕਰ, ਲੇਕਿਨ ਇਹ ਵੀ ਤਾਂ ਮਹਿੰਗਾਈ ਨਹੀਂ ਤਾਕਤ ਦੇਣ ਵਾਲੀ ਗੱਲ ਹੈ ਨਾ, ਕਿ 10 ਰੁਪਏ ਹੁਣ ਮੈਂ ਜਾਵਾਂ ਜੀ ਮੈਨੂੰ ਕਿਲੋ ਦਹੀਂ ਦੇ ਦਿਓ, ਉਹ ਕਿਲੋ ਦਹੀਂ ਨਾਲ ਕਹੇ ਜਨਾਬ 20 ਰੁਪਏ ਸ਼ਾਪਰਾਂ ਦੇ ਦਿਓ, ਮੈਂ 220 ਰੁਪਏ ਅੱਗੇ ਦਹੀਂ ਹੈ ਅਤੇ 20 ਰੁਪਏ ਇਹ ਦਿਆਂ। ਕੋਈ ਖੁਦਾ ਦਾ ਖੌਫ ਕਰੋ, ਮਾਰੋ ਨਾ ਕੌਮ ਨੂੰ, ਉਹਨੇ ਇੱਕ ਦਫ਼ਾ ਜਿਹੜੇ ਮਿਜ਼ਾਇਲ ਬਣਾਇਆ ਨਾ ਮਾਰ ਦਿਓ, ਇੱਕ ਦਫ਼ਾ ਸਾਰੇ ਹੀ ਮਰ ਜਾਣ, ਕੋਈ ਜ਼ਿੰਦਾ ਹੀ ਨਾ ਰਹੇ ਅਤੇ ਨਾ ਕਿਸੇ ਨੂੰ ਲਾਮਾ ਅਤੇ ਨਾ ਤੁਹਾਨੂੰ ਨਾ ਸਾਨੂੰ, ਆਰਾਮ ਨਾਲ ਸੌਂ, ਅੱਲਾ ਦੇ ਘਰ ਜਾ ਕੇ ਜਿਹਨਾਂ ਨੇਕ ਅਮਲ ਕੀਤੇ ਨੇ ਉਹ ਅੱਛੀ ਨੀਂਦ ਸੌਂ ਜਾਣਗੇ, ਜਿਹੜੇ ਬੁਰੀ ਨੀਂਦ ਬੁਰੇ ਮਰ ਜਾਣਗੇ। ਉਹਨਾਂ ਨੇ ਕਿਹਾ ਮਹਿੰਗਾਈ ਕੋ ਕੰਟਰੋਲ ਕਰਨੇ ਆਏ, ਨਹੀਂ ਹੋਣੀ ਮਹਿੰਗਾਈ ਦੀ ਕੰਟਰੋਲ, ਇਸ ਤਰ੍ਹਾਂ ਮਹਿੰਗਾਈ ਵਧਣੀ ਹੈ। ਹੁਣ ਤੁਸੀਂ ਵੇਖ ਲਓ, ਤੁਹਾਨੂੰ ਵੀ ਮੈਂ ਕਹਿੰਦਾ ਜੀ ਦਹੀਂ ਲੈ ਲਓ, ਕਿੰਨੇ ਦਾ ਦਹੀਂ? 220 ਰੁਪਏ ਕਿਲੋ। ਤੁਹਾਨੂੰ ਮੈਂ ਕਹਿੰਦਾ 20 ਰੁਪਏ ਛਾਪਰਾਂ ਦਿਓ, 240 ਪੈ ਗਿਆ ਨਾ 20 ਰੁਪਏ ਐਕਸਟਰਾ। ਹੁਣ ਮੈਂ ਤਾਂ ਤੁਹਾਨੂੰ ਇਹ ਨਹੀਂ ਨਾ ਦੇ ਸਕਦਾ, ਇਸ ਤਰ੍ਹਾਂ 2 ਛਾਪਰੇ, ਇੱਕ ਪਹਿਲੇ ਥੈਲੀ ਲਾਉਣੀ ਹੈ ਫਿਰ ਤੁਹਾਨੂੰ ਛਾਪਰ ਲਾ ਕੇ ਦੇਣਾ। ਤੁਸੀਂ ਮੇਰੇ ਕਹਿਣਾ ਮੈਂ ਮੋਟਰਸਾਈਕਲ ਟੰਗਣਾ, ਇੱਕ ਛਾਪਰ ਹੋਰ ਦੇ ਦੇ, ਉਹ ਲੜਾਈ ਵੱਜ ਜਾਏਗੀ। ਮੈਂ ਕਹਿੰਦਾ ਤੈਨੂੰ ਛਾਪਰ ਕਾਹਦਾ ਦਿਆਂ, ਮੈਂ ਤਾਂ ਵੀ ਤੈਨੂੰ ਅੱਗੇ ਦੇ ਦਿੱਤੇ ਨੇ। ਕੋਈ ਖੁਦਾ ਦਾ ਖੌਫ ਕਰੋ, ਕੋਈ ਮੌਤ ਨੂੰ ਯਾਦ ਰੱਖੋ, ਇਹ ਹਕੂਮਤ ਤਾਂ ਵੈਸੇ ਹੀ ਅੱਲਾ ਦੇ ਨਾਂ ਦੀ ਆਈ ਹੈ। ਸਾਰੇ ਨਾ ਦਰਵੇਸ਼ ਆ ਗਏ, ਦਰਵੇਸ਼ ਉਹ ਕਹਿੰਦੇ ਨੇ ਹੁਣ ਜਿਹੜਾ ਕੋਈ ਆਇਆ ਸੀ ਬਿਜਲੀ 200 ਯੂਨਿਟ ਸਸਤਾ ਕਰਨ ਆਇਆ ਸੀ, ਕੋਈ 300 ਯੂਨਿਟ ਸਸਤਾ ਕਰਨ ਆਇਆ ਸੀ, ਕੋਈ 100 ਯੂਨਿਟ ਸਸਤਾ ਕਰਨ ਆਇਆ ਸੀ। ਇਹ ਦੁਨੀਆ ਇੰਨੀ ਖਲੋਤੀ ਹੈ, ਇਹੀ ਦੱਸ ਦੇਣ ਕਿ ਬਿਜਲੀ ਕਿੰਨੀ ਸਸਤੀ ਹੋ ਗਈ ਹੈ, ਬਿਜਲੀ ਦੇ ਰਿਕਵੇਸਟ ਕਿੰਨੀ ਪੈ ਗਈ ਹੈ। ਪਹਿਲੇ ਤਾਂ ਇਹ ਵੇਖੋ ਨਾ, ਅਗਰ ਇਹਨਾਂ ਨੇ ਵਧਾਉਣਗੇ ਤਾਂ ਫਿਰ ਇਹ ਮਹਿੰਗਾ ਹੀ ਵਿਕਣਾ। ਅਤੇ ਮਿਹਰਬਾਨੀ ਕਰੋ, ਕੋਈ ਗਰੀਬਾਂ ਦੇ ਤਰਸ ਕਰੋ, ਕੁਝ ਕਿੰਨੇ ਕੇ ਬੱਚੇ ਜਿਨ੍ਹਾਂ ਦੇ ਵਿਚਾਰੇ ਰੋਜ਼ਗਾਰ ਲੱਗੇ ਨੇ। ਇਹ ਵੇਖੋ ਨਾ, ਇੱਕ ਦੁਕਾਨਦਾਰ ਹੈ, ਇੱਕ ਦੁਕਾਨਦਾਰ ਕੋਲ ਮੁਲਾਜ਼ਮ ਨੇ, ਅੱਗੋਂ ਲਿਜਾਣ ਵਾਲਾ ਇੱਕ ਦੁਕਾਨਦਾਰ, ਅੱਗੋਂ 4-5 ਖਾਣ ਵਾਲੇ ਨੇ, ਕਿੰਨੇ ਜੀ ਪਲਦੇ ਪੈਣ। ਮਿਹਰਬਾਨੀ ਕਰੋ, ਸ਼ੁਕਰੀਆ ਸਭ ਦਾ, ਸਭ ਅੱਲਾ ਭਲਾ ਕਰੇ, ਅੱਲਾ ਹਕੂਮਤ ਨੂੰ ਦੇ ਦੇ। ਬਹੁਤ ਸ਼ੁਕਰੀਆ, ਬੇਅਦਾਤੀ ਹੋ ਗਈ ਹੈ, ਬਹੁਤ ਸ਼ੁਕਰੀਆ ਆਪਕਾ।